ਵਿੱਚ ਹਰੀ ਸਪਰਿੰਗ ਦਿੱਤੇ ਨੇ ਜਿਹਦੇ ਵਿੱਚ ਹਟਮ ਟਾਇਟ ਰਹੇਗਾ ਤੇ ਜਿਵੇਂ ਆਮ ਦੇਖਦੇ ਆ ਕਿੱਡੇ ਘੱਟ ਗਿਰ ਜਾਂਦਾ ਟੁੱਟ ਜਾਂਦਾ ਇਹ ਗਿਰ ਵੀ ਜਾਊਗਾ ਤਾਂ ਵੀ ਟੁੱਟੂਗਾ ਨਹੀਂ ਡੀ 3 ਵੋਲਟਮੀਟਰ ਬੇਰੀਮੀਟਰ ਮਿਲ ਜਾਂਦਾ ਤੇ ਪਲੱਸ ਆਟੋਮੈਟਿਕ ਮਿਲ ਜਾਂਦਾ ਮੰਨ ਲਓ ਇੱਕ ਫੇਸ ਫੇਲ ਹੋ ਜਾਂਦਾ ਤੁਰੰਤ ਮੋਟਰ ਬੰਦ ਹੋ ਜਾਏਗੀ ਉਹਦੇ ਵਿੱਚ ਕੀ ਆ ਕਿਸਾਨ ਦੀ ਮੋਟਰ ਨਹੀਂ ਚਲਦੀ ਹੈ ਤੇ ਓਵਰਲੋਡ ਪ੍ਰੋਟੈਕਸ਼ਨ ਵੀ ਦਿੱਤੀ ਹੁੰਦੀ ਹੈ ਮੰਨ ਲਓ ਬਾਈ ਦੇ ਆਟੋਮੈਟਿਕ ਨੇ ਕਿਆ ਕੰਮ ਹੁੰਦਾ ਮਗਰ 3 ਫੇਸ ਆ ਰਹੇ ਹਨ ਤਾਂ ਉਹਨੇ ਮੋਟਰ ਆਪਣਾ ਚਾਲੂ ਕਰਨੀ ਹੈ ਇਹਦੇ ਵਿੱਚ ਨਾ 3 ਤਾਰਾਂ ਛੋਟੀਆਂ ਸੈਂਸਰ ਟੈਂਕੀ ਨੂੰ ਜਾਣਗੀਆਂ ਆ 3 ਤਾਰਾਂ ਸਮਝਾਈ ਹੋਈਆਂ ਨੇ ਗ੍ਰੀਨ ਲੈਵਲ ਬਿਲਕੁਲ ਥੱਲੇ ਜਾਊਗਾ ਹਾਫ ਚ ਜੈਲ ਰਹੂਗਾ ਵਾਈਟ ਅਪ ਰਹੂਗਾ ਜਿਵੇਂ ਪਾਣੀ ਆਪ ਨੂੰ ਟੱਚ ਹੋਊਗਾ ਮੋਟਰ ਬੰਦ ਹੋਊਗੀ ਇਹ 17 ਚ ਵੀ ਦਾ ਕੰਪਨੀ ਨੇ ਪੈਨਲ ਬਣਾਇਆ ਹੋਇਆ ਜੇ ਵੱਡੇ ਮੋਟਾ ਹਰਿਆਣਾ ਸ਼ਹਿਰ ਦੇ ਵਿੱਚ ਉਹ ਮੋਟਰ ਚੱਲਦੀ ਹੈ 17 ਚ ਵੀ ਸਤਿ ਸ਼੍ਰੀ ਅਕਾਲ ਜੀ ਮੇਰਾ ਫਾਰਮ ਹਾਊਸ ਚੈਨਲ ਦੇਖ ਰਹੇ ਹੋ ਮਾਬੇ ਕਿਸੇ ਤੁਹਾਡੇ ਨਾਲ ਜਿੱਥੇ ਕਿ ਹੁਣ ਜਲੰਧਰ ਕਰਤਾਰਪੁਰ ਦੇ ਵਿੱਚ ਮੇਲਾ ਲੱਗਿਆ ਹੋਇਆ ਖੇਤੀਬਾੜੀ ਦਾ ਆ ਦੇਖ ਸਕਦੇ ਹੋ ਇੱਥੇ ਕੀ ਅਲੱਗ ਅਲੱਗ ਤਰ੍ਹਾਂ ਦੇ ਮੀਟਰ ਜਿਹੜੇ ਲੱਗੇ ਹੋਏ ਨੇ ਹੁਣ ਇਹਨਾਂ ਬਾਰੇ ਜਾਣਕਾਰੀ ਲੈਣੇ ਅੱਜ ਕੀ ਆਖਰਕਾਰ ਇਹ ਕਿਹੜੇ ਕੰਮ ਆਉਂਦੇ ਨੇ ਕੌਣ ਕੌਣ ਇਸਤੇਮਾਲ ਕਰਦਾ ਬਾਈ ਸਤਿ ਸ਼੍ਰੀ ਅਕਾਲ ਕਿਵੇਂ ਹੋ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਠਾਕ ਹੋ ਜੀ ਹਾਂਜੀ ਠੀਕ ਅੱਛਾ ਇਹਨਾਂ ਬਾਰੇ ਇੱਕ ਵਾਰ ਜਾਣਕਾਰੀ ਦੇ ਦਿਓ ਕਿ ਕਿਸ ਤਰੀਕੇ ਨਾਲ ਇਸਤੇਮਾਲ ਜਾਂ ਕਿਹੜੀ ਕਿਹੜੀ ਤੰਦਰ ਜੀ ਆਪਾਂ ਯੂਜ਼ ਕਰ ਸਕਦੇ ਇਸਤੇਮਾਲ ਕਰ ਸਕਦੇ ਆ ਸਭ ਤੋਂ ਪਹਿਲਾਂ ਤਾਂ ਸਾਡੇ ਡੀਓਲ ਮਿੰਨੀ ਸਟਾਰਟਰ ਆ ਜਾਂਦੇ ਨੇ ਇਹਦੇ ਵਿੱਚ ਤੁਹਾਨੂੰ ਡੀ 3 ਵੋਲਟਮੀਟਰ ਬੇਰੀਮੀਟਰ ਮਿਲ ਜਾਂਦਾ ਤੇ ਪਲੱਸ ਆਟੋਮੈਟਿਕ ਮਿਲ ਜਾਂਦਾ ਇਹ ਆਟੋਮੈਟਿਕ ਨਹੀਂ ਆਟੋਮੈਟਿਕ ਹਾਂਜੀ ਆਟੋਮੈਟਿਕ ਦਾ ਕੰਮ ਇਹ ਰਹਿੰਦਾ ਅਗਰ ਪਿੱਛੇ 3 ਫੇਸ ਸਪਲਾਈ ਆਏਗੀ ਤਾਂ ਆਪਣਾ ਮੋਟਰ ਚਾਲੂ ਕਰੇਗਾ ਮੰਨ ਲਓ ਇੱਕ ਫੇਸ ਫੇਲ ਹੋ ਜਾਂਦਾ ਤੁਰੰਤ ਮੋਟਰ ਬੰਦ ਹੋ ਜਾਏਗੀ ਉਹਦੇ ਵਿੱਚ ਕੀ ਆ ਕਿਸਾਨ ਦੀ ਮੋਟਰ ਨਹੀਂ ਚਲਦੀ ਹੈ ਔਰ ਜੋ ਡੀਜ਼ਲ ਮੀਟਰ ਕੰਮ ਕਰਦਾ ਹੈ ਜੇ ਮੰਨ ਲਓ ਆਪਣੀ 750 ਪਾਵਰ ਦੀ ਮੋਟਰ ਹੈ ਇਹਦੇ ਉੱਪਰ ਫੇਰ ਤੁਹਾਨੂੰ ਸ਼ੋਅ ਹੋਣ ਕੋ ਪਰ ਵੋਲਟੇਜ ਹੋਊਗੀ ਠੀਕ ਹੈ ਜੀ ਮੰਨ ਲਓ 750 ਦੀ ਮੋਟਰ 15 ਫੇਰ ਲੈ ਰਹੀ ਹੈ ਤਾਂ ਮੋਟਰ ਬਿਲਕੁਲ ਐਕੂਰੇਟ ਹੈ ਅਗਰ ਮੰਨ ਲਓ ਫੇਰ ਜ਼ਿਆਦਾ ਵੱਧ ਜਾਂਦੇ ਨੇ ਇਹਦੇ ਵਿੱਚ ਮੀਟਰ ਦਾ ਕੀ ਬੈਨੀਫਿਟ ਰਹਿੰਦਾ ਕਿਸਾਨ ਮੋਟਰ ਨੂੰ ਬੰਦ ਕਰ ਦਿੰਦਾ ਉਹਦੀ ਮੋਟਰ ਜਲਣ ਤੋਂ ਬਚ ਸਕਦੀ ਹੈ ਤੇ ਇਹਦੇ ਵਿੱਚ ਓਵਰਲੋਡ ਪ੍ਰੋਟੈਕਸ਼ਨ ਵੀ ਦਿੱਤੀ ਹੁੰਦੀ ਹੈ ਮੰਨ ਲਓ ਬਾਈ ਦੇ ਆਟੋਮੈਟਿਕ ਨੇ ਕਿਆ ਕੰਮ ਹੁੰਦਾ ਮਗਰ 3 ਫੇਸ ਆ ਰਹੇ ਹਨ ਤਾਂ ਉਹਨੇ ਮੋਟਰ ਆਪਣਾ ਚਾਲੂ ਕਰਨੀ ਹੈ ਚਲਦੇ ਚਲਦੇ ਮੋਟਰ ਵਿੱਚ ਕੋਈ ਫਲਟ ਪੈ ਜਾਵੇ ਉਸ ਟਾਈਮ ਜਿਹੜੀ ਇਹਦੇ ਵਿੱਚ ਓਵਰਲੋਡ ਰਿਲੇ ਲੱਗੀ ਹੁੰਦੀ ਹੈ ਉਹਨੇ ਕੱਟ ਆਫ ਕਰਨਾ ਹੁੰਦਾ ਇਹਦੇ ਨਾਲ ਕਿਸਾਨ ਦੀ ਮੋਟਰ ਨਹੀਂ ਚਲਦੀ ਹੈ ਤੇ ਉਸ ਤੋਂ ਬਾਅਦ ਸਾਡੇ ਕਿਟਕੈਟ ਆਉਂਦੇ ਨੇ ਆਹ ਇਹ ਸਾਡੇ ਕਿਟਕੈਟ ਨਵੇਂ ਪ੍ਰੋਡਕਟ ਕੰਪਨੀ ਨੇ ਲਾਂਚ ਕੀਤੇ ਨੇ 125 ਰੁਪਏ ਦਾ ਕਿਟਕੈਟ ਰਹੇਗਾ ਕੱਟੇ ਨੂੰ ਬਾਅਦ ਇਹ ਡੀਐਮਸੀ ਮਟੀਰੀਅਲ ਦੇ ਵਿੱਚ ਰਹੇਗਾ ਇਹਦੇ ਵਿੱਚ ਕੋਪਰ ਦੇ ਵਿੱਚ ਜੂ ਰਹੇਗਾ ਬਰਾਸ ਦੇ ਵਿੱਚ ਗੁੱਟ ਕਰੇਗਾ ਇਹਦੇ ਵਿੱਚ ਸਾਈਡ ਤੇ ਦੇਖੋ ਕੰਪਨੀ ਦੇ ਸਪਰਿੰਗ ਦਿੱਤੇ ਹੋਏ ਨੇ ਆਮ ਕੀ ਗ੍ਰਿਪ ਹੁੰਦੇ ਨੇ ਆਪਾਂ ਲੋਨੇ ਕੱਢ ਦਿੰਦੇ ਆ ਲੂਜ ਹੋ ਜਾਂਦੇ ਨੇ ਸਪਾਰਕਿੰਗ ਕਰਦੇ ਨੇ ਇਹਦੇ ਵਿੱਚ ਹਰੀ ਸਪਰਿੰਗ ਦਿੱਤੇ ਨੇ ਜਿਹਦੇ ਵਿੱਚ ਹਟਮ ਟਾਇਟ ਰਹੇਗਾ ਤੇ ਜਿਵੇਂ ਆਮ ਦੇਖਦੇ ਆ ਕਿੱਡੇ ਘੱਟ ਗਿਰ ਜਾਂਦਾ ਟੁੱਟ ਜਾਂਦਾ ਇਹ ਗਿਰ ਵੀ ਜਾਊਗਾ ਤਾਂ ਵੀ ਟੁੱਟੂਗਾ ਨਹੀਂ ਕਿਉਂਕਿ ਇਹ ਡੀਐਮਸੀ ਡ੍ਰਿਲ ਦਾ ਬਣਿਆ ਹੋਇਆ ਅੱਛਾ ਇਹ ਕਦੇ ਟੁੱਟੇਗਾ ਨਹੀਂ ਨਾ ਇਹ ਟੁੱਟੇਗਾ ਨਾ ਸੜੇਗਾ ਨਾ ਜਲੇਗਾ ਸੇਮ ਇੱਕ ਨਹੀਂ ਰਹੇਗਾ ਅਗਰ ਕੰਪਨੀ ਨੇ ਇਹਦੇ ਉੱਪਰ 125 ਬੇਰ ਲਿਖਿਆ ਹੋਇਆ 125 ਬੇਰ ਲੋੜ ਹੈ ਇਹ ਚੱਕੂਗਾ 125 ਚੱਕੂਗਾ ਜਿਹਨਾਂ ਲਿਖਿਆ ਹਾਂਜੀ ਜਿਵੇਂ ਆਦਰ ਕੰਪਨੀ ਦੇ ਮਾਰਕੀਟ 'ਚ ਉਹ ਪ੍ਰਜਾਈ ਕਰਦੇ ਆ ਲੈ ਤਾਂ ਲੈਨੇ ਆ 125 ਬੇਰ ਦਾ ਉਹ 60 ਬੇਰ ਤੇ ਗਰਮ ਹੋ ਜਾਂਦਾ ਫੁੱਕ ਜਾਂਦਾ ਇਹਦੇ ਵਿੱਚ ਕਿਸਾਨ ਨੂੰ ਪ੍ਰੋਬਲਮ ਨਹੀਂ ਆਊਗੀ ਉਸ ਤੋਂ ਬਾਅਦ ਸਾਡੀ ਕੰਪਨੀ ਵਾਟਰ ਲੈਵਲ ਕੰਟਰੋਲਰ ਵੀ ਬਣਾਉਂਦੀ ਹੈ ਜਿਵੇਂ ਆਪਾਂ ਦੇਖਦੇ ਆ ਘਰਾਂ ਦੇ ਵਿੱਚ ਸਮਰਸੀਬਲ ਲੱਗੇ ਹੁੰਦੇ ਨੇ ਟੈਂਕੀ ਭਰ ਜਾਂਦੀ ਹੈ ਪਾਣੀ ਵੇਸਟ ਹੁੰਦਾ ਆਪਾਂ ਡੋਲਦਾ ਰਹਿੰਦਾ ਉਹਦੇ ਕੰਪਨੀ ਕੰਪਨੀ ਨੇ ਬਹੁਤ ਵਧੀਆ ਪ੍ਰੋਜੈਕਟ ਬਣਾਇਆ ਹੈ ਇਹਨੂੰ WLC ਪ੍ਰੋ ਮਾਡਲ ਕਿਹਾ ਜਾਂਦਾ ਇਹਦੇ ਵਿੱਚ ਨਾ 3 ਤਾਰਾਂ ਛੋਟੀਆਂ ਸੈਂਸਰ ਟੈਂਕੀ ਨੂੰ ਜਾਣਗੀਆਂ ਆ 3 ਤਾਰਾਂ ਸਮਝਾਈ ਹੋਈਆਂ ਨੇ ਗ੍ਰੀਨ ਲੈਵਲ ਬਿਲਕੁਲ ਥੱਲੇ ਜਾਊਗਾ ਹਾਫ ਚ ਜੈਲ ਰਹੂਗਾ ਵਾਈਟ ਅਪ ਰਹੂਗਾ ਜਿਵੇਂ ਪਾਣੀ ਆਪ ਨੂੰ ਟੱਚ ਹੋਊਗਾ ਮੋਟਰ ਬੰਦ ਹੋਊਗੀ ਜੈਲੋ ਥੱਲੇ ਹੋਊਗੀ ਮੋਟਰ ਆਪਣੀ ਚੱਲੂਗੀ ਇਸ ਵਿਗਾ ਕਰਨ ਦੇ ਵਿੱਚ ਤੁਸੀਂ ਵਾਟਰ ਲੈਵਲ ਲਾ ਸਕਦੇ ਹੋ ਪਾਣੀ ਦੇ ਵਿੱਚ ਤੁਸੀਂ ਕਰ ਸਕਦੇ ਹੋ ਠੀਕ ਹੈ ਹਾਂਜੀ ਹੋਰ ਇਹਦੇ ਵਿੱਚ ਸਾਡੇ ਸਟਾਰ ਡੈਲਟਾ ਪੈਨਲ ਵਗੈਰਾ ਆਉਂਦੇ ਨੇ ਜਿਵੇਂ ਆਪਾਂ ਦੇਖਦੇ ਆਦਰ ਕੰਪਨੀ ਦੇ ਸਟਾਰਟਰ ਘੱਟ ਵੋਲਟੇਜ ਤੇ ਆਵਾਜ਼ ਕਰਦੇ ਨੇ ਇਹਦੇ ਵਿੱਚ ਡੀਸੀ ਕਨੈਕਟਰ ਲੱਗੇ ਹੋਏ ਨੇ ਘੱਟ ਵੋਲਟੇਜ ਤੇ ਬਿਲਕੁਲ ਆਵਾਜ਼ ਨਹੀਂ ਕਰਦੇ ਇਹਦੇ ਵਿੱਚ ਤੁਹਾਨੂੰ ਡੀ 3 ਵੋਲਟਮੀਟਰ ਬੇਰੀਮੀਟਰ ਮਿਲ ਜਾਏਗਾ ਨਾਲ ਸਵਿੱਚ ਮਿਲ ਜਾਏਗੀ ਆਰ ਵਾਈ ਦੇ ਵਿੱਚ ਕਿੰਨੀ ਵੋਲਟੇਜ ਆ ਰਹੀ ਹੈ ਵਾਈ ਵਿੱਚ ਕਿੰਨੀ ਹੈ ਤੇ ਵੀ ਆਰ ਵਿੱਚ ਕਿੰਨੀ ਹੈ ਤੇ ਪਲੱਸ ਇਹਦੇ ਵਿੱਚ ਉਹਦੇ ਸਪਲਾਈ ਤਾਰ ਆਣੀ ਹੈ L1 L2 L3 ਉਹਦੇ ਮੋਟਰ ਤਾਰ ਆਣੀ ਹੈ RYV/VR ਉਹਦੇ ਵਿੱਚ ਆਟੋਮੈਟਿਕ ਲੱਗਿਆ ਹੋਇਆ ਲਾਈਟ ਆਏਗੀ ਆਪਣਾ ਮੋਟਰ ਨੂੰ ਚਾਲੂ ਕਰੂਗਾ ਫੇਸ ਵੇਲੇ ਤੇ ਆਪਣੇ ਮੋਟਰ ਨੂੰ ਬੰਦ ਕਰੂਗਾ ਹੁਣ ਮੈਂ ਸੰਪਰਕ ਕਰਨਾ ਹੋਇਆ ਬਾਈ ਜੀ ਅੱਛਾ ਇੱਕ ਪਿੱਛੇ ਕਾਫੀ ਮੀਟਰ ਦੇਖ ਰਹੇ ਇਹਦੇ ਬਾਰੇ ਵੀ ਇੱਕ ਵਾਰ ਦੱਸ ਦਿਓ ਜੀ ਇਹ ਜਿਹੜਾ ਪੈਨਲ ਹੈਗਾ ਇਹ ਵੱਡੀਆਂ ਮੋਟਰਾਂ ਵਾਸਤੇ ਹੈ ਜਿਵੇਂ ਆਪਣੇ ਹਰਿਆਣਾ ਦੇ ਵਿੱਚ ਜਿੱਥੇ ਵੱਡੀਆਂ ਮੋਟਰਾਂ ਚੱਲਦੀਆਂ ਨੇ ਉਹਨਾਂ ਵਾਸਤੇ ਹੈ ਇਹ 17 ਚਵੀ ਦਾ ਕੰਪਨੀ ਨੇ ਪੈਨਲ ਬਣਾਇਆ ਹੋਇਆ ਜੇ ਵੱਡੇ ਮੋਟਰ ਹਰਿਆਣਾ ਸ਼ਹਿਰ ਦੇ ਵਿੱਚ ਮੋਟਰਾਂ ਚੱਲਦੀਆਂ 17 ਚਵੀ ਦੀਆਂ ਇਹ ਉੱਪਰ ਜਾਨ ਕੀ ਬਹੁਤ ਲਾਭ ਪਿਆਦ ਵਿੱਚ ਵੀ ਲੱਗਦਾ ਤੇ ਪਾਣੀ ਸੇ ਜ਼ਿਆਦਾ ਡੂੰਘੇ ਨੇ ਉਸ ਤੋਂ ਬਾਅਦ 17 ਚਵੀ ਦਾ ਪੈਨਲ ਬਣਿਆ ਹੋਇਆ ਜੀ ਠੀਕ ਹੈ ਹਾਂਜੀ ਤੇ ਬਾਈ ਤੁਹਾਨੂੰ ਮਿਲਣਾ ਹੋਵੇ ਇਹਨੂੰ ਲੈਣਾ ਹੋਵੇ ਕਿਵੇਂ ਸੰਪਰਕ ਕਰ ਸਕਦੇ ਆ ਜੀ ਤੁਸੀਂ ਸੰਪਰਕ ਕਰ ਸਕਦੇ ਜੀ ਸਾਡਾ ਕਸਟਮਰ ਕੇਅਰ ਨੰਬਰ ਦਿੱਤਾ ਹੋਇਆ ਜੀ ਠੀਕ ਹੈ ਇਸ ਨੰਬਰ ਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਕਿੱਥੇ ਕਿਹੜਾ ਕੋਈ ਡੀਲਰ ਸਾਡਾ ਹੈਗਾ ਵੈਸੇ ਸਾਡਾ ਜੇਕਰ ਤੁਸੀਂ ਜਲੰਧਰ ਦੀ ਗੱਲ ਕਰੀਏ ਆਪਾਂ ਜਲੰਧਰ ਸਾਡੇ ਲਵਲੀ ਇਲੈਕਟ੍ਰੀ ਗੱਲਾਂ ਦੇ ਠੀਕ ਹੈ ਇਹ ਮਲਾਬ ਚੌਕ ਦੇ ਵਿੱਚ ਨੇ ਇਹ ਲਵਲੀ ਇਲੈਕਟ੍ਰੀ ਗੱਲ ਜਲੰਧਰ ਦੇ ਵਿੱਚ ਨੇ ਜੀ ਠੀਕ ਹੈ ਜੀ ਹਾਂਜੀ ਬਾਕੀ ਹੋਰ ਨੇੜੇ ਤੇਰੇ ਆਪਣੇ ਕਿਸਾਨ ਭਾਈ ਕਿੱਥੋਂ ਆਏ ਨੇ ਉਹਨਾਂ ਨੂੰ ਪਤਾ ਕਰਨਾ ਹੋਣਾ ਵੀ ਕਿੱਥੇ ਕੰਪਨੀ ਨੂੰ ਪ੍ਰੋਡਕਟ ਮਿਲਦਾ ਇਹਦੇ ਕੋਲ ਨੰਬਰ ਦਿੱਤਾ